तरनताਰਨ ਦੇ ਇੱਕ ਪਿੰਡ ਦੀ ਨਿਵਾਸੀ 4 ਸਾਲਾ ਬੱਚੀ ਨਾਲ ਦੋ ਨਾਬਾਲਗ ਮੁੰਡਿਆਂ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਪਿਤਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਬੱਚੀ ਦਾ ਮੈਡੀਕਲ ਕਰਵਾਉਣ ਅਤੇ ਦੋਵਾਂ ਮੁੰਡਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਬੱਚੀ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਉਸ ਨਾਲ ਗੁਆਂਢ ਵਿੱਚ ਰਹਿੰਦੇ ਦੋ ਮੁੰਡਿਆਂ ਵੱਲੋਂ ਕੁਝ ਦਿਨ ਪਹਿਲਾਂ ਕੁਝ ਗਲਤ ਕੀਤਾ ਗਿਆ ਹੈ, ਜਿਸ ਸੰਬੰਧੀ ਉਸ ਨੂੰ ਡਰਾਇਆ ਵੀ ਗਿਆ ਸੀ। नाबालग लड़कियां नूं काबू करके पुलिस वालों बाल सुधार घर हुशियारपुर भेजा जाएगा। उधर लड़कियां दे परिवारक मैंबरां दा की कहना है, तुसी भी सुनो। करमजीत कौर, केड़ा पिंड है? खारा। की गलबात है तुहाडे नाल? क्यों? कुछ नहीं, मैं बीमार, मैं सिटी हॉस्पिटल दाखिल हां। मेरा बेटा इत्थे नानके रहण आया, लागे बईए रहिंदे ही, उन्हां ने मेरे बेटे ते इल्जाम लाता, बहुत गलत लाया। मेरा बच्चा इदां दा है ही नहीं। बिल्कुल ਜਿਹੜੇ ਬੱਚਿਆਂ ਦੇ ਪਰਚਾ ਹੋਇਆ ਕੀ ਲੱਗਦੀ ਤੁਹਾਡੇ? ਉਹ ਇੱਕ ਮੇਰਾ ਬੇਟਾ ਇੱਕ ਮੇਰਾ ਦੋਤਾ। ਕਿੰਨੀ ਉਮਰ ਹੈਗੀ ਇਹਨਾਂ ਦੀ? ਇੱਕ 13 ਸਾਲ ਦਾ ਇੱਕ 11 ਸਾਲਾਂ ਦਾ। ਕੀ ਗੱਲਬਾਤ ਕੀ ਹੋਈ ਇਹਨਾਂ ਦੇ ਨਾਲ? ਕੁਝ ਨਹੀਂ, ਬੱਚੇ ਸਾਰੇ ਖੇਡਣ ਡਏ ਸੀ ਉਧਰ, ਸਾਡੀਆਂ ਵੀ ਕੁੜੀਆਂ ਖੇਡਣ ਦੇ, ਸਾਰੇ ਮੁੰਡੇ ਖੇਡਣ ਡਏ ਸੀ ਉਧਰ। ਉਹਨਾਂ ਨੇ ਬਸ ਉਹਦੀ ਮੰਮੀ ਨੇ ਇਲਜ਼ਾਮ ਲਾਇਆ ਕਿ ਇਹ ਕੁੜੀ ਸਾਡੀ ਨਾਲ ਗਲਤ ਕੰਮ ਕੀਤਾ। ਕੀ ਕਾਰਨ ਕੀ ਹੈ ਜਿਹੜਾ ਝੂਠਾ ਇਲਜ਼ਾਮ ਲਗਾਇਆ ਵਾ? ਇਦਾਂ ਹੀ ਇਹ ਬੱਚੇ ਲੜ ਪੈਂਦੇ ਪਹਿਲਾਂ ਵੀ ਤੇ ਲੱਗਦੇ ਸੀ ਥੋੜੇ ਸਾਡੇ ਤੇ, ਤਦ ਕਰਕੇ ਨਾ ਇਹ ਕੰਮ ਕੀਤਾ। ਤੁਸੀਂ ਕੀ ਮੰਗ ਕਰਦੇ ਜੋ? ਅਸੀਂ ਮੰਗ ਕਰਦੇ ਸਾਡੇ ਬੱਚੇ ਘਰੇ ਆਉਣੇ ਚਾਹੀਦੇ, ਕੋਈ ਡੱਬਾ ਖਿੱਚ ਕੇ ਜ਼ਿੰਮੇਵਾਰੀ ਭਰੋਗੀ ਸਾਡੇ ਬੱਚਿਆਂ ਦੀ। ਝੂਠੇ ਪਰਚੇ ਇਹਨਾਂ ਨੇ ਦਰਜ ਕਰਾਤੇ, ਉਹਨਾਂ ਦੇ ਰਿਪੋਰਟਾਂ ਝੂਠੀਆਂ, ਅੱਜ 15-16 ਦਿਨ ਹੋ ਗਏ ਅੱਜ ਇਹਨਾਂ ਨੇ ਟੈਸਟ ਕਰਾਏ, ਰਿਪੋਰਟਾਂ ਝੂਠੀਆਂ ਕਰਤੀਆਂ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨਾਬਾਲਗ ਲੜਕੀਆਂ ਖਿਲਾਫ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਲੜਕੀ ਦੀ ਪੀੜਤ ਲੜਕੀ ਦੀ ਉਮਰ ਕਰੀਬ 4 ਸਾਲ ਆ ਤੇ ਸਖੀਵਨ ਸੈਂਟਰ ਤਰਨਤਾਰਨ ਪਾਸੇ ਦੀ ਜਿਹੜੀ ਕੱਲ ਇਤਲਾਹ ਮਿਲੀ ਸੀਗੀ ਤੇ ਹੁਣ ਜਿਹੜੀ ਅੱਜ ਕਾਨੂੰਨੀ ਕਾਰਵਾਈ ਜਿਹੜੀ ਆ ਹੋ ਰਹੀ ਆ। ਕੀ ਕਾਰਵਾਈ ਕੀਤੀ ਗਈ? ਕਿੰਨੇ ਵਿਅਕਤੀ ਨੇ ਕਾਰਵਾਈ ਕੀਤੀ? ਇਹ ਵੀ ਦੋ ਜਮਨਾਈਲੀ ਬੱਚੇ ਨੇ ਦੋ, ਤੇ ਯਾਨੀ ਕਾਰਵਾਈ ਹੋ ਰਹੀ ਆ, ਕਾਰਵਾਈ ਮੁਕੰਮਲ ਕਰਕੇ ਫਿਰ ਬੱਚਿਆਂ ਦੀ ਉਮਰ ਕਰੀਬ 11-12 ਸਾਲ। ਤਰਨਤਾਰਨ ਤੋਂ ਰਵੀ ਖੈਰਾ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੋਹਨ ਗੁਪਤਾ ਬ੍ਰਿਟਿਸ਼ ਐਜੂਕੇਸ਼ਨ ਤੋਂ। ਅੱਜ ਅਸੀਂ ਯੂਕੇ ਦਾ ਹੋਰ ਵੀ ਆਤਾ ਵਾ ਸੰਦੇਸ਼ਵਾਰੀ ਰੂਡਾ, ਮੈਂ ਮੇਰੇ ਫਰੈਂਡ ਨੇ ਰეკਮੈਂਡ ਕੀਤਾ ਸੀ ਕੋ ਫਾਈਲ ਇਥੋਂ ਬਿਟੇ ਐਜੂਕੇਸ਼ਨ ਲਵਾਓ, ਤੇ ਅੱਜ ਮੇਰਾ ਵੀਜ਼ਾ ਆਇਆ। ਆਮ ਵੈਰੀ ਹੈਪੀ, ਆਮ ਮਾਈ ਪੇਰੈਂਟਸ ਆਲਸੋ ਹੈਪੀ। ਅਸੀਂ ਇਸ ਪੋਸਿਬਿਲਿਟੀ ਦੇ ਨਾਲ ਜਾ ਕੇ ਯੂਕੇ ਸਟੱਡੀ ਕੰਟੀਨਿਊ ਕਰਨ ਦੀ ਬਹੁਤ ਖੁਸ਼ ਹਾਂ ਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਟੱਡੀ ਵੀਜ਼ਾ ਇਸ ਬਿਜ਼ਨਸ ਸਪਾਂਸਰ ਦੇ ਨਾਲ ਯੂਕੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਬ੍ਰਿਟਿਸ਼ ਐਜੂਕੇਸ਼ਨ ਜ਼ਰੂਰ ਵਿਜ਼ਿਟ ਕਰਿਓ। ਥੈਂਕ ਯੂ। ਮੈਨੂੰ ਬਹੁਤ ਹੀ ਮੈਂ ਥੈਂਕਫੁਲ ਹਾਂ ਬ੍ਰਿਟਿਸ਼ ਐਜੂਕੇਸ਼ਨ ਤੇ ਕਿ ਮੈਨੂੰ ਮੇਰਾ ਵੀਜ਼ਾ ਵਿਦਿਨ 5 ਡੇਜ਼ ਮਿਲਿਆ। ਮੈਨੂੰ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਲੱਗੀਆਂ। ਮੇਰੀ ਸਾਰੀ ਪੇਮੈਂਟ ਆਫਟਰ ਵੀਜ਼ਾ ਸੀਗੀ, ਮੈਨੂੰ ਕੋਈ ਵੀ ਇੱਥੇ ਆਪਣੀ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ। ਬੜੀ ਖੁਸ਼ੀ ਵਾਲੀ ਗੱਲ ਆ, ਪ੍ਰਭੂ ਕਿਰਪਾ ਨਾਲ ਅੱਜ ਅਸੀਂ ਯੂਕੇ ਦੇ 12 ਵੀਜ਼ੇ ਲੱਤੇ ਨੇ। ਫਸਟ ਆਫ ਆਲ ਤਾਂ ਮੈਂ ਸਭ ਨੂੰ ਕੰਗ੍ਰੈਸ ਕਰਨਾ ਚਾਹੂੰਗਾ, ਆਫਟਰ ਲੋਕਡਾਊਨ ਹੁਣ ਤੱਕ ਅਸੀਂ 72 ਯੂਕੇ ਸਟੂਡੈਂਟ ਵੀਜ਼ਾ ਲੈ ਚੁੱਕੇ ਨੇ। ਸਾਡਾ ਸਕਸੈਸ ਰੇਟ 100% ਆ। ਜੇਕਰ ਤੁਸੀਂ ਆਪਣੇ ਸਪਾਊਸ ਤੇ ਆਪਣੇ ਬੱਚੇ ਨਾਲ ਆਪਣਾ ਫਿਊਚਰ ਯੂਕੇ ਵੀ ਦੇਖ ਰਹੇ ਹੋ ਤੇ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ।